ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੇ ਤਹਿਤ ਪੰਜਾਬ ਭਰ ਵਿੱਚ ਸਵੇਰ ਤੋਂ ਵੋਟਿੰਗ ਜਾਰੀ ਹੈ ਅਤੇ ਪੰਜਾਬ ਦੇ ਵੱਡੇ ਵੱਡੇ ਲੀਡਰਾਂ ਅਤੇ ਆਮ ਲੋਕਾਂ ਦੁਆਰਾ ਸਵੇਰ ਤੋਂ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਆਪਣੇ ਪੋਲਿੰਗ ਬੂਥਾਂ 'ਤੇ ਜਾ ਕੇ ਵੋਟ ਪਾਈ ਜਾ ਰਹੀ ਹੈ। ਇਸ ਵਿਚਾਲੇ ਇੱਕ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਬੜਿੰਗ, ਜੋ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਵੀ ਨੇ, ਉਹ ਆਪਣੇ ਵਿਰੋਧੀ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ, ਜੋ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਨੇ, ਉਹਨਾਂ ਦੇ ਘਰ ਚਾਹ ਪੀਣ ਪਹੁੰਚੇ ਨੇ। ਜਿਵੇਂ ਹੀ ਇਹ ਖਬਰ ਬਾਹਰ ਨਿਕਲੀ ਤਾਂ ਬਵਾਲ ਮੱਚ ਗਿਆ ਅਤੇ ਇਸ ਖਬਰ ਦੇ ਬਾਹਰ ਨਿਕਲਣ ਤੋਂ ਤੁਰੰਤ ਬਾਅਦ ਲੁਧਿਆਣਾ ਤੋਂ BJP ਦੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਵੀ ਉੱਥੇ ਪਹੁੰਚ ਗਏ, ਪਰ ਇੰਨੇ ਨੂੰ ਰਾਜਾਬੜਿੰਗ ਉੱਥੋਂ ਜਾ ਚੁੱਕੇ ਸੀ। ਬਿੱਟੂ ਦਾ ਕਹਿਣਾ ਹੈ ਕਿ ਬੜਿੰਗ ਨੇ ਪੱਪੀ ਅੱਗੇ ਸਰੈਂਡਰ ਕਰ ਦਿੱਤਾ ਹੈ, ਪਰ ਤੁਹਾਨੂੰ ਦੱਸ ਦਈਏ ਕਿ ਰਾਜਾਬੜਿੰਗ ਨੇ ਥੋੜ੍ਹੀ ਦੇਰ ਬਾਅਦ ਹੀ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਜੋ ਖਬਰ ਫੈਲਾਈ ਜਾ ਰਹੀ ਹੈ ਸਰਾਸਰ ਝੂਠੀ ਹੈ, ਕਿਉਂਕਿ ਉਹ ਆਪ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਨਹੀਂ ਗਏ ਸੀ, ਪਰ ਉਹਨਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਸੁਸ਼ੀਲ ਪਰਾਸ਼ਰ ਦੇ ਘਰ ਗਏ ਸੀ ਅਤੇ ਇਸ ਉਹਨਾਂ ਦੀ ਇਸ ਫੇਰੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕਿਸੇ ਪ੍ਰਕਾਰ ਦਾ ਕੋਈ ਦੇਖੋ ਪਿੱਛੇ ਮਾੜਾ ਸਾਡੀ ਮਾਹੌਲ ਨਾ ਬਣੇ ਜੀ। ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਹਰ ਬੰਦੇ ਨੂੰ ਸੁਖਾਵੇਂ ਮਾਹੌਲ ਬਣਾਉਣੇ ਚਾਹੀਦੇ ਜੀ, ਤਾਂ ਜੋ 6 ਵਜੇ ਤੋਂ ਬਾਅਦ ਸਭ ਲੋਕ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖਣ। ਇਹ ਡੈਮੋਕ੍ਰੇਸੀ ਹੈ, ਹਰ ਬੰਦੇ ਨੂੰ ਇਜਾਜ਼ਤ ਹੈ ਆਪਦੀ ਵੋਟ ਪਾਉਣ ਦਾ। ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ, ਆਮ ਆਦਮੀ ਪਾਰਟੀ ਵੀ ਰਹਿੰਦੀ ਹੈ, ਸਾਰੇ ਲੋਕ ਰਹਿੰਦੇ ਇੱਕ ਪਰਿਵਾਰ ਹੈ, ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ। ਸੋ ਇਸੇ ਕਰਕੇ ਉਸ ਭਾਈਚਾਰੇ ਸਾਂਝ ਦੇ ਲਈ ਰਾਜਾਬੜਿੰਗ ਅੱਜ ਇੱਥੇ ਖੜਾ। ਜਿਹੜਾ ਰਾਜਾਬੜਿੰਗ ਆ ਕਾਂਗਰਸ ਦਾ ਕੈਂਡੀਡੇਟ, ਅੱਜ ਉਹ ਪੱਪੀ ਦੇ ਘਰ ਦੇ ਬਾਹਰ ਆ ਕੇ ਸਰੈਂਡਰ ਕਰ ਗਿਆ। ਮੈਂ ਅੱਜ ਹੈਰਾਨ ਹੋ ਗਿਆ, ਉਹਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਰਲੇ ਹੋਏ ਨੇ, ਇਹ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਿਆ ਅੱਜ ਰਾਜਾ ਪੱਪੀ ਦੇ ਹੱਕ 'ਚ। ਇਹ ਹਾਲਾਤ ਦੇਖੋ ਕੀ ਨੇ, ਤੁਸੀਂ ਮੰਨ ਤੁਸੀਂ ਆਹ ਫੋਟੋਆਂ ਦੇਖੀਆਂ ਕਿ ਨਹੀਂ, ਆਏ ਸੀ ਕਿ ਨਹੀਂ ਉਰੇ ਤੇ ਕੀ ਕਰਨ ਆ ਕੇ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ, ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ, ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ, ਅੱਜ ਕਾਂਗਰਸ ਪਾਰਟੀ ਨੂੰ ਮੁੱਦਾ ਕਰਤਾ ਉਹਨਾਂ ਨੇ ਉਰੇ ਆ ਕੇ ਸਰੈਂਡਰ ਕਰਕੇ ਘਰੇ ਆ ਕੇ। ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜਾਓ ਕਾਂਗਰਸ ਪਾਰਟੀ ਵਾਲਿਓ, ਇਹ ਸੌਦਾ ਹੋਇਆ ਹੋਇਆ। ਚਲੋ ਤੁਹਾਡਾ ਬਾਈ ਚਾਹ ਪੀਂਦੇ ਆ ਜੀ, ਕੀ ਇਹ ਕੈਂਡੀਡੇਟ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ, ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾਬੜਿੰਗ ਨੇ ਕਿਹਾ ਸੀ ਕਿ ਪੱਪੀ ਨੂੰ ਹਰਾ ਕੇ ਇੱਥੋਂ ਭੇਜਾਂਗੇ 1 ਤਰੀਕ 2 ਅੱਜ ਫਿਰ ਘਰੇ ਅੱਜ ਘਰੇ ਕੀ ਪੈਰ ਫੜਨਾ ਆ ਨਾ ਜੀ। ਅਸੀਂ ਅੱਜ ਇੱਥੇ ਸ਼ਾਹਪੁਰ ਰੋਡ ਤੇ ਆਪਣੇ ਬੂਥ ਤੇ ਬਹਿ ਕੇ ਕੰਮ ਕਰ ਰਹੇ ਸੀ, ਉਧਰੋਂ ਰਾਜਾਬੜਿੰਗ ਜੀ ਦੀਆਂ ਗੱਡੀਆਂ ਆ ਗਈਆਂ ਤੇ ਕਹਿੰਦੇ ਚਾਹ ਦਾ ਕੱਪ ਪੀਣਾ ਤੇ ਅਸੀਂ ਤਾਂ ਚਲੋ ਜੀ ਆਇਆਂ ਨੂੰ ਕਹਿੰਦੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ ਸਾਡੇ ਗਿੱਦੜਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤਾਂ ਕਰਕੇ ਕਹਿੰਦੇ ਚਾਹ ਪੀਣੀ ਆ। ਮੈਂ ਕਿਹਾ ਆ ਜਾਓ ਚਾਹ ਪੀ ਲਈਏ। ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ, ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ, ਨਾ ਤਾਂ ਕਿਤੇ ਚਾਹ ਦੀ ਚਾਹ ਪਿਲਾਈ ਹੈ ਕਿਸੇ ਕਾਂਗਰਸੀਏ ਨੇ, ਨਾ ਕੋਈ ਆਮ ਬੰਦਾ ਪਿਲਾ ਰਿਹਾ। ਤੁਸੀਂ ਵਧੀਆ ਚਾਹ ਪਿਲਾ ਦਿਓ, ਨਾਲੇ ਜਿਹੜਾ ਹੁਣ ਅਗਲੇ 6 ਘੰਟੇ ਨੇ ਮੇਰਾ ਪੱਪੀ ਜੀ ਨਾਲ ਸਮਰਥਨ ਹੈ, ਕਿਉਂਕਿ ਮੈਂ ਬਾਹਰਲਾ ਆਗੂ ਹਾਂ, ਮੈਨੂੰ ਲੁਧਿਆਣੇ ਬਾਰੇ ਕੁਛ ਨਹੀਂ ਪਤਾ ਅਤੇ ਮੈਨੂੰ ਇਹ ਵੀ ਪਤਾ ਕਿ ਜੋ ਸੇਵਾ ਲੁਧਿਆਣੇ ਦੀ ਪੱਪੀ ਜੀ ਕਰ ਸਕਦੇ ਉਹ ਮੇਰੇ ਤੋਂ ਨਹੀਂ ਹੋਣੀ, ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਏ ਹੋ, ਤੁਸੀਂ ਆਪ ਦੇਖ ਸਕਦੇ ਹੋ ਆਪ ਚੱਲ ਕੇ ਆਏ ਨੇ ਅੱਜ। ਪੱਪੀ
ਇੱਕ ਜਿਹੜੇ ਸੈਨ ਤੋਮਰ ਦੇ ਜਿਹੜੇ ਬੂਥ ਨੇ ਉੱਥੇ ਕਾਫੀ ਬਵਾਲ ਵੀ ਹੋਇਆ ਤੇ ਲਲਕਾਰਿਆ ਵੀ ਗਿਆ ਸਰ। ਉਹ ਤਾਂ ਤੁਸੀਂ ਆਪ ਹੀ ਦੇਖ ਲਓ ਨਾ, ਇਹ ਤਾਂ ਪੋਲੀਟੀਕਲ ਆਪ ਹੀ ਕਰਾਉਂਦੇ ਨੇ, ਇਹਨਾਂ ਦੀ ਆਦਤ ਹੈ। ਪਹਿਲਾਂ ਉਹ ਗੱਲ ਹੈਗੀ ਹੈ 11:15 ਦੀ, ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਪੱਪੀ ਜੀ ਦੇ ਬੰਦਿਆਂ ਨਾਲ ਕਲੈਸ਼ ਕਰਾ ਕੇ ਆਪਣੇ ਆਪ ਨੂੰ ਵੋਟਾਂ ਕਨਵਰਟ ਕਰਾ ਲਈਏ, ਪਰ ਲੁਧਿਆਣੇ ਦੀ ਜਨਤਾ ਜਾਣਦੀ ਹੈ ਅਤੇ ਖਾਸ ਕਰਕੇ ਜਿਹੜਾ ਈਸਾ ਨਗਰ ਲੁਧਿਆਣੇ ਸੈਂਟਰਲ ਦਾ ਏਰੀਆ, ਉਹ ਸਾਡਾ ਪਰਿਵਾਰ ਹੈ, ਉਹਨਾਂ ਨੂੰ ਪਤਾ ਪੱਪੀ ਜੀ ਦੇ ਨਾਂ ਬੰਦਿਆਂ ਦੀ ਇਹ ਸੋਚ ਹੈ ਨਾ ਪੱਪੀ ਜੀ ਦੀ ਸੋਚ ਹੈ। ਇਹਨਾਂ ਨੇ ਪੋਲੀਟੀਕਲ ਸਟੰਟ 2-3 ਕੀਤੇ ਸੀਗੇ, ਉਹ ਫੇਲ ਹੋ ਗਏ, ਤਾਂ ਕਰਕੇ ਹੁਣ ਇਹਨਾਂ ਨੂੰ ਲੱਗਿਆ ਚੱਲ ਕੇ ਉਹਨਾਂ ਦੇ ਦਰ 'ਤੇ ਹੀ ਚੱਲ ਜਾਓ ਅਤੇ ਨਾਲੇ ਵਧੀਆ ਚਾਹ ਪਿਲਾ ਦੂਗੇ ਅਤੇ ਉਹਨਾਂ ਨੂੰ ਸਮਰਥਨ ਦੇ ਇਲੈਕਸ਼ਨ ਤੋਂ ਪਹਿਲਾਂ ਰਾਜਾ ਵੜਿੰਗ ਨੇ ਕਿਹਾ ਸੀਗਾ ਕਿ ਮੈਂ 1 ਤਰੀਕ ਨੂੰ ਪੱਪੀ ਦੇ ਘਰ ਚਾਹ ਪੀਣਾਉਂਗਾ, ਕਿਉਂਕਿ ਪੱਪੀ ਜੀ ਨੇ ਕਿਹਾ ਸੀ ਕਿ ਮੈਂ ਤੋਂ ਜਿੱਤੂ ਕਰ, ਪਰ ਅੱਜ ਉਹ ਇਲੈਕਸ਼ਨ ਵਾਲੇ ਦਿਨ 30 ਤਰੀਕ 1 ਤਰੀਕ ਨੂੰ ਹੀ ਆ ਗਏ। ਸਰ ਦੇਖੋ ਇਹ ਗੱਲ ਤਾਂ ਹੁਣ ਉਹ ਹੀ ਦੱਸ ਸਕਦਾ, ਅਸੀਂ ਬੂਥਾਂ 'ਤੇ ਬੈਠੇ ਆਪਣੇ ਕੰਮ ਕਰਦੇ ਪਏ ਸੀ, ਇਹ ਦੇਖੋ ਹੱਥ 'ਚ ਨਹੀਂ ਸਰ, ਉਹ ਤਾਂ ਆਉਂਦੇ ਸਰੈਂਡਰ ਕਰ ਗਏ, ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਪੱਪੀ ਜੀ ਦਾ ਮੁਕਾਬਲਾ ਲੁਧਿਆਣੇ ਨਹੀਂ ਹੈਗਾ, ਇੱਕ ਤਰਫਾ ਪੱਪੀ ਜੀ ਜਿੱਤ ਰਹੇ ਨੇ, ਲੋਕ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ, ਅੱਜ ਦੇ ਦਿਨ 1 ਨੰਬਰ ਬਟਨ 'ਤੇ ਠਾਠਾ ਵੋਟਾਂ ਪੈ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ, ਕਿਉਂਕਿ ਗਿੱਦੜਵਾਏ ਤੋਂ ਆਏ ਨੇ, ਚੰਡੀਗੜ੍ਹ ਰਹਿੰਦੇ ਨੇ, ਤੁਹਾਨੂੰ ਪਤਾ ਬੇਚਾਰੇ ਉਹਨਾਂ ਨੂੰ ਲੁਧਿਆਣੇ ਬਾਰੇ ਨਹੀਂ ਪਤਾ। ਅੱਜ ਵੋਟਾਂ ਦਾ ਦਿਨ ਹੈ, ਤੁਸੀਂ ਦੇਖੋ ਕਿਸੇ ਕੈਂਡੀਡੇਟ ਕੋਲ ਇੰਨਾ ਟਾਈਮ ਹੈਗਾ 1 ਘੰਟਾ ਕਿਸੇ ਦੇ ਘਰੇ ਬਹਿਣਾ, ਉਹ ਵੀ ਆਪੋਜੀਸ਼ਨ ਕੈਂਡੀਡੇਟ ਦੇ, ਉਹ ਵਿਚਾਰੇ ਬਹੁਤ ਮਜਬੂਰ ਨੇ, ਉਹ ਆਏ ਸੀਗੇ ਸਮਰਥਨ ਦੇ ਗਏ ਨੇ, ਪਰ ਅਸੀਂ ਹੁਣ ਦੁਬਾਰਾ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਚਿਹਰਾ ਉਹਨਾਂ ਦੇ ਨਾਲ ਨਹੀਂ, ਤੁਸੀਂ ਜਿਹੜੇ ਉਹਨਾਂ ਦੇ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ, ਅੱਜ ਜਿੰਨੇ ਇਹਨਾਂ ਦੇ XMLA 1 ਵੀ ਇਹਨਾਂ ਦੇ ਨਾਲ ਨਹੀਂ ਹੈਗਾ, ਉਹ ਤਾਂ ਇੰਨੀ ਗੱਲ ਵੀ ਕਹਿ ਕੇ ਕਹਿੰਦੇ 20-25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹ ਦੀ ਚਾਹ ਨਹੀਂ ਪਿਲਾਈ, ਚਲੋ ਸ਼ੁਕਰ ਹੈ ਪੱਪੀ ਦੇ ਘਰ ਦੀ ਗਾਵਾਂ ਨੇ ਵਧੀਆ ਚਾਹ ਤਾਂ ਮਿਲ ਗਈ। ਲੁਧਿਆਣਾ ਦੇ ਆਵਾਮ ਨੂੰ, ਲੁਧਿਆਣਾ ਦੇ ਸਾਰੀਆਂ ਆਪਣੀਆਂ ਸਤਿਕਾਰਯੋਗ ਮਾਤਾਵਾਂ, ਭੈਣਾਂ ਬਜ਼ੁਰਗ ਅਤੇ ਨੌਜਵਾਨ ਸਾਥੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ, ਜਿਹੜੀ ਤੁਸੀਂ ਅੱਜ ਨਿਊਜ਼ ਦੇਖ ਰਹੇ ਹੋ, ਔਰ ਮੈਂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਮੇਰੇ ਕੋਲ ਮੇਰੇ ਘਰ ਆਏ ਸੀ, ਮੈਂ ਅਤੇ ਮੇਰੀ ਵਾਈਫ ਨੂੰ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ ਸੀ, ਮੇਰੀ ਵੋਟ ਪਵਾਉਣ ਵਾਸਤੇ ਰਾਜਾ ਵੜਿੰਗ ਜੀ ਮੇਰੇ ਕੋਲ ਆਏ ਘਰ, ਕਿਉਂਕਿ ਸਾਡਾ ਘਰ ਇਕੱਠਾ, ਮੇਰਾ ਅਤੇ ਅਸ਼ੋਕ ਪਰਾਸ਼ਰ, ਪੱਪੀ ਰਕੇਸ਼ ਪਰਾਸ਼ਰ, ਸੁਰੇਸ਼ ਪਰਾਸ਼ਰ, ਨਰੇਸ਼ ਪਰਾਸ਼ਰ, ਸਾਰੇ ਭਰਾ ਅਸੀਂ ਇੱਕੋ ਘਰ 'ਚ ਰਹਿੰਦੇ ਹਾਂ, ਮੇਰੇ ਘਰ ਉਹ ਆਏ ਨੇ ਜਦੋਂ ਮੈਨੂੰ ਵੋਟ ਪਵਾਉਣ ਮੇਰੀ ਅਤੇ ਮੇਰੀ ਵਾਈਫ ਨੂੰ ਲੈ ਕੇ ਜਾ ਰਹੇ ਸੀ, ਪਿੱਛੋਂ ਇਹਨਾਂ ਨੇ ਨਾਅਰੇਬਾਜ਼ੀ ਕੀਤੀ ਹੈ, ਨਾਅਰੇਬਾਜ਼ੀ ਕੀਤੀ ਹੈ ਅਤੇ ਅਸੀਂ ਆਪਣਾ ਵੋਟ ਪਾ ਕੇ ਆਏ ਹਾਂ, ਮੇਰੇ ਘਰ ਰਾਜਾ ਜੀ ਆਏ ਨੇ, ਮੈਨੂੰ ਉਹਨਾਂ ਨੇ ਹੌਸਲਾ ਦਿੱਤਾ, ਮੈਂ ਅਤੇ ਮੇਰੀ ਵਾਈਫ ਭਾਵੁਕ ਹੋ ਗਏ ਵੀ ਰਾਜਾ ਜੀ ਸਾਨੂੰ ਵੋਟ ਪਾਉਣ ਨਹੀਂ ਦਿੱਤੀ ਜਾ ਰਹੀ, ਰਾਜਾ ਜੀ ਨੇ ਮੇਰੀ ਰਿਕੁਐਸਟ ਮੰਨ ਕੇ ਮੇਰੇ ਕੋਲ ਮੈਨੂੰ ਮਿਲਣ ਵਾਸਤੇ ਆਏ, ਕਿਉਂਕਿ ਸਾਡਾ ਘਰ ਇਕੱਠਾ। ਇਸ ਕਰਕੇ ਜਿਹੜੀ ਵੀ ਅਫਵਾਹ ਫੈਲ ਰਹੀ ਆ, ਜਿਹੜੇ ਵੀ ਲੋਕ ਇਹ ਗੱਲ ਕਹਿ ਰਹੇ ਨੇ ਰਾਜਾ ਜੀ ਨੂੰ ਕਿ ਉਹ ਪੱਪੀ ਦੇ ਸਮਰਥਨ 'ਚ ਬੈਠ ਕੇ, ਬਿਲਕੁਲ ਝੂਠ ਹੈ। ਮੈਂ ਉੱਥੇ ਰਹਿ ਰਿਹਾ, ਕਾਂਗਰਸੀ ਕੱਟੜ ਕਾਂਗਰਸੀ, ਕਾਂਗਰਸ ਸੇਵਾ ਦਲ ਦਾ ਸਿਪਾਹੀ, ਸੇਵਾ ਦਲ ਕੇ ਹਮ ਸੈਨਾਨੀ, ਹਮ ਬਲੀਦਾਨੀ, ਹਮ ਬਲੀਦਾਨ, ਸਹਿਨਸ਼ੀਲਤਾ ਦਏ ਹਮਾਰੇ ਅੰਤਰ ਮਨ ਕੇ ਕਹਿਣੇ ਹੈ, ਇੰਦਰਾ ਗਾਂਧੀ ਕੇ ਜੇ ਕਹਿਣੇ, ਰਾਜੀਵ ਗਾਂਧੀ ਕੇ ਜੇ ਕਹਿਣੇ, ਹਮਨੇ ਆਸਤ ਪਹਿਨੇ, ਮੈਂ ਸੇਵਾ ਦਲ ਦਾ ਸਿਪਾਹੀ ਸੀ, ਹਾਂ ਤੇ ਰਹਾਂਗਾ। ਔਰ ਬਿਲਕੁਲ ਫੇਕ ਨਿਊਜ਼ ਹੈ, ਸਾਰਿਆਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ, 5 ਵਾਲਾ 2 ਨੰਬਰ ਦਾ ਬਟਨ ਦਬਾ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਓ।